चल मेरे भाई। वेलकम टू मिनी स्विट्जरलैंड। कनेडा वाला पेड़ कहाँ बैठे हो? नीचे आ जाओ, अमृतसर से मिलने के लिए। ताड़ी सेवा अंकल जी, से बात तुहानू दस ही दिता है। अभी दो यार, लो अंकल जी। थैंक यू सर। ओके जी, वधिया लगा जी। ओके जी, ओके, बाय बाय, टाटा। थैंक यू सर। कल जी यार। हेलो। कते हजारे तू जादे आवे ज़ुल्फ कुमावे बदल छा जांदे ने सारी तेरिया। लो जी मित्रों, खजियार पहुँच गए आप। इस तरह मौसम भी काफ़ी ठंडा वा, तो हूँ इतने आप कोई ना कोई एक्टिविटी करेंगे। हूँ खजियार आंदे ही सब तो पहला काम करेंगे आप पैरा ग्लाइडिंग। हम गड्डी आप उतले के चल रहे हैं। वेलकम टू मिनी स्विट्जरलैंड। पर हाले आप इधर नहीं जाना, हाले आप चल रहे हैं पैरा ग्लाइडिंग करने वास्ते, उस तो बाद आके इधर आवेंगे। डलहौजी दो तरह की पैराग्लाइडिंग होंगे ने, एक तो छोटे वाली सामने पहाड़ तो, एक होंगी है जी वे पहाड़ तो। हम आप चलने उपरली साइड वड्डी वाली पैराग्लाइडिंग करने वास्ते। उसे जाने पहले सानू अद्धा घंटा लगेगा, 15 मिनट की ट्रैकिंग भी आ। कौन सा कैमरा है? हीरो 10। कर दो सेल। ले लो। कितने का? 50,000। इतना नहीं यार भाई। बताओ फिर कितना? 15,000। ठीक है, वापसी आकर देते हैं। वापसी वाला यार वो तो काम करे। गोप्रो दा लग तो 500 रुपए देना पैंदा वा, पर अपने को गोप्रो हैगा वा, सो मेरे ते 500 बच गए। अपना फोन हैगा, अपने को फोन हैगा। निर्भर हो नहीं। छोटे वाली पैराग्लाइडिंग वो सामने आ, उधरों पहाड़ तो हुंदी आ, ते उत्थे जाके लैंड करा देंदे ने। इह तां काफी छोटी आ, 2-3 मिनट दी आ, पर आपां चलने आ इक उधर उपर काफी वड्डा पहाड़ आ, उत्थों हुंदी आ, ਉਥੋਂ ਵੀਊ ਵੀ ਕਾਫੀ ਵਧੀਆ ਹੁੰਦਾ ਵਾ। ਦੇਣਾ ਲਿਮਕਾ ਦੇਣਾ ਯਾਰ, ਪਾਣੀ ਬਹੁਤ ਫੜ ਲਓ। ਹੁਣ ਗੱਡੀ ਸਾਨੂੰ ਇੱਥੇ ਉਤਾਰ ਕੇ ਤੇ ਵਾਪਸ ਜਾਊਗੀ, ਤੇ ਸਾਨੂੰ ਇੱਥੋਂ ਹੁਣ ਪੈਦਲ ਜਾਣਾ ਪੈਣਾ। ਵੱਲ ਦੇਖੋ ਜਿਹੜੇ ਪੈਰਾਸੂਟ ਚੁੱਕ ਕੇ ਲਿਆ ਰਹੇ ਨੇ, 30-40 ਕਿਲੋ ਦਾ ਹੋਏਗਾ। ਸਾਹ ਫੁੱਲਣ ਲੱਗ ਪਿਆ ਯਾਰ। ਫਾਸ ਹੁੰਦੇ ਲੱਗ ਪਿਆ। ਬਹੁਤ ਜ਼ਿਆਦਾ ਐਕਸਾਈਟਿਡ ਹੈ, ਇਹ ਫਸਟ ਟਾਈਮ ਆ ਨਾ। ਫਸਟ ਟਾਈਮ ਸਾਨੂੰ ਤਾਂ ਪਤਾ ਵਾ, ਪਰ ਮੈਂ ਐਕਸਾਈਟਿਡ ਹਾਂ ਸਟੰਟਾਂ ਵਾਸਤੇ, ਜਿਹੜੇ ਕਹਿੰਦੇ ਨਾ ਕਿ ਸਟੰਟ ਵੀ ਹੋਣਗੇ। ਸ਼ਮੀ ਕਹਿੰਦਾ ਜਦੋਂ ਸਟੰਟ ਹੁੰਦੇ ਆ ਨਾ, ਚਲੋ ਆਵਾਜ਼ ਵੀ ਨਹੀਂ ਨਿਕਲਦੀ। ਆਹ ਦੇਖ ਲਓ ਜੀ, ਆਪਾਂ ਥੱਲੇ ਵਾਲੀ ਪੈਰਾਗਲਾਈਡਿੰਗ ਕਰਦੇ, ਉੱਥੋਂ ਕੋਈ ਵਧੀਆ ਵਿਊ ਵੀ ਨਹੀਂ ਆਉਣਾ ਸੀ। ਉੱਪਰ ਐਂ ਥੋੜ੍ਹੀ ਮਿਹਨਤ ਹੈਗੀ ਆ, ਟਰੈਕ ਕਰਕੇ ਜਾਣਾ ਪੈਣਾ ਵਾ, ਪਰ ਲੱਗ ਰਿਹਾ ਕਿ
वर्थ होगा यह ट्रैकिंग करनी। तो सानू सेम ही प्राइस मिले वा, थले भी साढ़े को 1500 मांग रही, तो ये वाले 1500 बना लिया, 1500 पर परसन है। ਤੁਹਾਡਾ ਕੈਮਰਾ ਬਣਾ ਕੇ ਨਹੀਂ, ਹਾਂਜੀ ਨਹੀਂ, ਉਹਨੇ 1500 ਹੀ ਲੈਣੇ ਆ। ਨਹੀਂ ਹਾਂਜੀ 500 ਵੱਡ ਭਾਜੀ। ਕਿਹੜਾ? 5000 ਤਿੰਨ ਜਣੇ ਦਾ। ਹਾਂ 500 ਵੱਡ। ਕਿਹੜਾ ਕੈਮਰੇ ਦਾ? ਹਾਂ ਹਾਂ ਗੋਪਰੋ ਦੇ ਵੱਖਰੇ ਪੈਸੇ ਹੁੰਦੇ ਯਾਰ 500। ਪਰ ਯਾਰ ਆ ਬਾਈ ਦੇਖੋ ਇਹਦੀ ਕਿੰਨੇ ਕਿਲੋ ਕੀ ਹੋ ਗਏ ਦੋਨੋਂ ਬੈਗ? ਦੋਨੋਂ ਬੈਗ ਇੱਕ ਤਾਂ ਛੋਟਾ ਹੀ ਹੈ, 30 35 ਕਿਲੋ ਹੋਣਗੇ ਟੋਟਲ। ਟੋਟਲ ਹੋ ਗਿਆ 50। ਅਰੇ ਯਾਰ ਆ ਦੇਖ ਲਓ ਕਿੰਨਾ ਕਿੰਨਾ ਭਾਰ ਚੁੱਕ ਕੇ ਲੈ ਜਾਂਦੇ ਯਾਰ। ਮਿਹਨਤ ਹੈਗੀ ਹੈ ਪਹਾੜਾਂ 'ਚ। ਆ ਕੀ ਆ? ਓ ਨੇ ਚੀੜ ਦੇ, ਚੀੜ ਦਾ ਜਿਹੜਾ ਫਲ ਹੁੰਦਾ। ਇਹ ਕੁਛ ਹੋਰ ਹੀ ਲੱਗ ਰਿਹਾ ਜੀ, ਤਾਂ ਹੀ ਤਾਂ ਨਵਜੋਤ ਐਕਟ੍ਰੈਕਟ ਹੋਇਆ ਇਹਦੇ ਵੱਲ। ਸ਼ਮੀ ਧਿਆਨ ਨਾਲ ਤੁਹਾਡੇ ਬੂਟ ਬੜੇ ਸਲਿਪ ਕਰ ਰਹੇ ਨੇ। ਸਾਡੀ ਲੈਂਡਿੰਗ ਹੋਣੀ ਹੈ ਜੀ, ਉਹ ਉੱਧਰ ਸਾਹਮਣੇ ਖਜੀਆਰ, ਉਹ ਜਿਹੜੀ ਝੀਲ ਆ, ਅਤੇ ਟੇਕ ਆਫ ਕਰਨਾ ਆਪਾਂ ਇੱਧਰੋਂ ਉੱਪਰੋਂ। ਹਾਲੇ ਪਤਾ ਨਹੀਂ ਕਿੰਨਾ ਚੜ੍ਹ ਕੇ ਜਾਣਾ ਪੈਣਾ, 15 ਮਿੰਟ ਹੋ ਗਏ ਟਰੈਕਿੰਗ ਕਰਦੇ ਹਾਂ। ਇਹ ਅਨਐਕਸ ਬੋਲੇ ਨਹੀਂ ਜਾਂਦੇ, ਇਹ ਅਨਐਕਸਪੈਕਟਡ ਟਰੈਕਿੰਗ ਸੀ। ਜਿਹਨੂੰ ਪਹਿਲਾਂ ਪਤਾ ਹੁੰਦਾ ਨਹੀਂ ਟਰੈਕਿੰਗ ਕਰਨੀ ਹੁੰਦੀ, ਬੰਦਾ ਪ੍ਰਿਪੇਅਰ ਹੋ ਜਾਂਦਾ ਯਾਰ। ਪਰ ਇੱਥੋਂ ਆ ਕੇ ਇਹਨਾਂ ਨੇ ਕਿਹਾ 15 ਮਿੰਟ ਦੀ ਆ, ਉਹੀ ਤਾਂ ਯਾਰ। ਇੱਕ ਤਾਂ ਸ਼ੂਜ਼ ਨਹੀਂ ਵੀ ਯਾਰ ਬਿਲਕੁਲ ਕੰਫਰਟੇਬਲ। ਹੈਂ ਤੇ ਅਸੀਂ ਜਾਈਏ ਫਿਰ, ਅਸੀਂ ਵਾਪਸ ਜਾਈਏ, ਅਸੀਂ ਜਾਈਏ, ਅਸੀਂ ਤਾਂ ਕੀਤੀ ਪਹਿਲਾਂ, ਤੂੰ ਹੀ ਕਰਨ ਵਾਲਾ ਹਾਲੇ ਏਦਾਂ ਰਸਤਾ ਹੀ ਹੋਇਆ ਵਾ। ਜਿੱਥੇ ਆ ਪੇੜ ਖਤਮ ਹੋਣਗੇ ਅੱਗੇ ਓਪਨ ਵੈਲੀ ਆਊਗੀ, ਉੱਥੋਂ ਫਿਰ ਸਪਲਾਈ ਕਰਾਂਗੇ। ਪੇੜ ਸ਼ੁਰੂ ਹੋ ਜਾਣੇ ਨੇ ਪਹਿਲੇ ਕਰਾ ਬਿੰਦੇ ਨੇ ਦੋ ਪੈਰਾਸ਼ੂਟ ਚੱਕੇ ਹੋਏ ਨੇ, ਬਿੰਦੇ ਨੇ ਇੱਕੋ ਚੁੱਕਿਆ। ਯਾਰ ਗਾਣੇ ਲਗਾਓ 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 ਛੋਟੇ, ਲਾ ਬਿੰਦੇ ਉਹ ਗਾਣਾ ਲਾਓ ਬਿੰਦੇ। ਸਾਹ ਸਾਹ ਨਹੀਂ ਲਾਉਂਦਾ ਯਾਰ। 600 ਮੀਟਰ ਤੱਕ ਹੈਗੇ, 3 ਕਿਲੋਮੀਟਰ ਲੈ ਆਏ ਜੇ, ਜਾਂ ਤਾਂ ਸੱਸ ਦੱਸਣ ਕਿ 4 ਕਿਲੋਮੀਟਰ ਹੈਗੀ ਟਰੈਕਿੰਗ, ਤਾਂ ਹੀ ਥੋੜ੍ਹਾ ਜਿਹਾ ਰੈਡੀ ਵੀ ਹੋ ਜਾਈਏ। ਹੁਣ 600 ਕਿਲੋਮੀਟਰ ਕਹਿ ਕੇ ਮਾਈਂਡ ਸੈੱਟ ਹੀ 600 ਮੀਟਰ ਦਾ ਸੀ ਉਹੀ, ਤੇ ਉਹ ਤੋਂ ਬਾਅਦ ਜੰਗਲ ਥੋੜ੍ਹਾ ਖਤਰਨਾਕ ਜਿਹਾ, ਦੇਖਿਓ ਸਾਡੀ ਲਾਭ ਹੋਰ ਕੋਈ ਵੀ ਨਹੀਂ ਹੈਗਾ। ਇੱਥੇ ਲੈਪਰਡ ਵੀ ਹੁੰਦੇ ਆ, ਬਲੈਕ ਬੀਅਰ ਵੀ ਹੁੰਦੇ ਆ, ਜਿੱਦਾਂ ਕਿ ਤੁਸੀਂ ਦੇਖ ਸਕਦੇ ਸਾਡੇ ਅੱਗੇ ਅੱਗੇ ਬਲੈਕ ਬੀਅਰ ਚੱਲ ਰਿਹਾ। ਉਹ ਉੱਪਰ ਪਹੁੰਚ ਗਿਆ, ਉੱਪਰ ਪਹੁੰਚ ਗਿਆ ਨਾ ਯਾਰ, ਉੱਥੇ ਜਾਣਾ ਸੀ ਆਪਾਂ। ਹਾਏ ਰੱਬਾ, ਚਲੋ 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 ਰੱਬ ਦਾ ਨਾਂ ਲੈ ਕੇ ਚੱਲੀ, ਚਲੋ ਚਲੋ ਸਤਨਾਮ ਵਾਹਿਗੁਰੂ। ਫਾਈਨਲੀ ਪਹਿਲੀ ਵਾਰੀ ਨਵਜੋਤ ਵੀਰੇ ਦੀ, ਆ ਜਾਓ ਭਾਈ ਜੀ ਖੜੇ ਜਾਓ, ਅਰੇ ਰੁਕ ਜਾ ਯਾਰ, ਰੈਸਟ ਕਰ ਲੈ, 2 ਮਿੰਟ ਰੁਕ ਜਾਓ ਯਾਰ। ਹਾਏ ਟਰੈਕਿੰਗ ਕਰਕੇ ਯਾਰ ਕੰਮ ਖਰਾਬ ਹੋ ਗਿਆ, ਪਹਿਲੇ ਕੋ ਉਨਕੋ ਉਨਕੋ ਜਾਣੇ ਦੋ ਯਾਰ, ਪਹਿਲੇ ਆਈਏ ਹੀ ਜਾਏਂਗੇ। ਕਿੱਤੂ ਆ ਨਾ ਖਿਦਨਾ ਓਏ, ਲੋ ਖੋਲੋ ਏ ਸਿਰ ਖੋਲੋ, ਆ ਜਾਏਂਗੇ। ਰਾਈਡ ਲੰਬੀ ਕਰਨੀ, ਠੀਕ ਹੈ ਭਾਈ, ਉੱਪਰ ਲੈ ਜਾਣਾ, ਸਟੰਟ ਲਗਾਣੇ ਹੈ, ਠੀਕ ਹੈ, ਸਟੰਟ ਆਤੇ ਹੈ ਨਾ, ਅਗਰ ਆ ਸਟੰਟ ਆਤੇ, ਅਗਰ ਹਾਈਟ ਹੋਗਾ ਤਾਂ ਵੀ ਹੋਗਾ ਸਟੰਟ। ਅੱਛਾ, ਵੈਸੇ ਨਹੀਂ, ਐਸੇ ਨਹੀਂ ਹੁੰਦਾ, ਐਸੇ ਕਾ ਮਰਨਾ ਹੈ। ਚਲੋ ਚਲੋ ਹੋ ਗਿਆ ਤੁਹਾਡਾ ਪੈਸ਼ਨ ਰੈਡੀ, ਗੋਪਰੋ ਮੈਂ ਆਪਣੇ ਵੱਲ ਲਾ ਲਿਆ ਹੋਇਆ ਵਾ, ਸਟਿੱਕ ਇਹਨਾਂ ਨੇ ਦਿੱਤੀ ਸੀ,
सेटिंग देख ली दी। नवजोत पूरा डर रहा खाई है थले भजना पूरी स्पीड नाल। भाई रुक जा शमी जी मैं डर लग रहा नवजोत जी पजो 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 भाई ये तो खतरनाक है यार ऐसे नवजोत टीक बड़ा गंदा होया यार हुण यार होना दी वारी भाई जी तेरा बैठना नहीं मेरे भाई ठीक है ठीक है ठीक है नीचे भी ऐसे ही है चलते रहना बस ठीक है ठीक है हाथ इसके अंदर छोड़ दो छाती इसके अंदर हाँ थोड़ा नीचे रहने दे बस होने हवा की वेट हो रही है हवा थोड़ी जाओगी आप रेडी हैं कर दे पिछों बैठेंगे नहीं भागेंगे यार अभी मत करो ना अभी बिंड का वेट कर रहे हैं अच्छा बिंड का वेट करेंगे सामने हसीन वादियां में देख लो ये ना बछाला तू दौड़ी कर उड़ी गाना ये पायलट कल्ला फ्लाई करूंगा ये हले ट्रेनिंग कर रहा है ये बंदा कितना बॉडी वेट कितना आपका मेरा 75 चलेगा 100 तक चलता है ओए डैडा पकड़ सेंटर पकड़ अरे लोग सारे चेक कर लो अब एक बार लोग ठीक है सारे ठीक है बता देना वीडियो प्लेयर लो हैं लो मेरे बारे तो हवा ही बंद होगी जे हुण जाके चलिए थोड़ी जी 15 मिनट बाद चल मेरे भाई ओके दौड़ते रहे यार ये ठीक हो ठीक हो सेट है पूरा सेट है यार हवा ही नहीं हैगी छोड़ दे उसको सही करो खड़ा हो जा भैया लगे ने नहीं मैं तो नहीं करनी हुण इसको छोड़ यार मैं नहीं करूंगा उतारे पाउंड हो गया कर यार इसको
ਭੈਣ ਚੋ ਇਹਨੂੰ ਖੋਲੋ ਸੋਰੀ ਗਾਇਸ ਪੈਰਾਗਲਾਈਡਿੰਗ ਨਹੀਂ ਹੋਊਗੀ ਯਾਰ ਨਹੀਂ ਹਵਾ ਹੀ ਨਹੀਂ ਹੈਗੀ ਕੀ ਕਰੀਏ ਗੋਡਾ ਵੱਜਾ ਸੱਠ ਸੁੱਟ ਆਈ ਥਿੰਕ ਜਗੜ ਲੱਗੀ ਹੋਊਗੀ ਨਾਲੇ ਯਾਰ ਪਤਾ ਕੀ ਪੱਥਰ ਤੇ ਵੱਜਾ ਗੋਡਾ ਨਵਜੋਤ ਦਾ ਜ਼ਿਆਦਾ ਹੀ ਉਹਨੇ ਕਰ ਲਈ ਯਾਰ ਅਸੀਂ ਕੀਤੀ ਹੋਈ ਹੈ ਮੈਂ ਪਹਿਲਾਂ ਕਹਿ ਨਹੀਂ ਤੁਹਾਨੂੰ ਆਹ ਵੇਖੋ ਮੇਰੇ ਫੋਨ ਨਾ ਖਰਾਬ ਹੋ ਗਿਆ ਹੋਵੇ ਜੇਬ ਚ ਵੀ ਮਿੱਟੀ ਪੈ ਗਈ ਹੈ ਕੋਈ ਗੱਲ ਨੀ ਮਿੱਟੀ ਘਰ ਲੈ ਕੇ ਜਾਣੀ ਤੁਸੀਂ ਡਲੋਜੀ ਦੀ ਆਹ ਵੇਖਿਆ ਫੋਨ ਤੇ ਦੇਖਿਆ ਆਹ ਪੈਰਾਸ਼ੂਟ ਉਹ ਦੇਖੋ ਉਧਰ ਕੰਡਿਆਂ ਚ ਫਸ ਗਿਆ ਯਾਰ ਮੈਨੂੰ ਪਤਾ ਨਹੀਂ ਯਾਰ ਜਦੋਂ ਆਪਾਂ ਥੱਲੇ ਨਿਕਲੇ ਹਾਂ ਨਾ ਮੈਨੂੰ ਉਹਦੇ ਫੀਲਿੰਗ ਹੋ ਤਰ੍ਹਾਂ ਦੀ ਹੁੰਦੀ ਪਤਾ ਨਹੀਂ ਕਿਉਂ ਸਟਾਰਟਿੰਗ 'ਤੇ ਵੀ ਹਿੰਟ ਮਿਲ ਗਿਆ ਸੀ ਹਵਾ ਹੀ ਨਹੀਂ ਚੱਲੀ ਯਾਰ 15 ਮਿੰਟ ਖਲੋਤੇ ਨੇ ਹਾਂ ਬਾਕੀ ਪਤਾ ਨਹੀਂ ਗੋਪਰ 'ਚ ਹੁਣ ਕੀ ਕੈਪਚਰ ਹੋਇਆ ਵਾ ਮੈਂ ਤਾਂ ਨਹੀਂ ਹੁਣ ਕਰਨੀ ਬੰਦੇ ਪ੍ਰੋਫੈਸ਼ਨਲ ਹੀ ਲੱਗਦੇ ਯਾਰ ਨਿਆਣੇ ਨਿਆਣੇ ਆ ਸਾਰੇ ਐਵੇਂ ਲਾਈਫ ਨਾਲ ਰਿਸਕ ਲੈਣਾ ਹੁਣੇ ਉੱਥੇ ਉੱਥੇ ਥੱਲੇ ਪਏ ਹੋਣਾ ਸੀ ਹਵਾ ਹੀ ਨਹੀਂ ਹੈਗੀ ਉੱਡਣ 'ਤੇ ਵੇਖਿਆ ਕਲਿੱਪ ਦੇ ਵਿੱਚ ਵੇਖਿਆ ਵਾ ਇੱਕੋ ਦਮ ਹੀ ਥੱਲੇ ਹੋ ਗਿਆ ਅਤੇ ਉੱਥੇ ਅੜ ਗਿਆ ਅਤੇ ਸਾਡੀ ਉੱਥੇ ਪੱਟੜੀ ਲੱਗ ਗਈ ਅਤੇ ਮੇਰੇ ਗੋਡੇ 'ਤੇ ਯਾਰ ਪੱਥਰ ਵੱਜਾ ਦੇਖਿਓ ਇੱਧਰੋਂ ਆ ਵੇਖਿਓ ਕੰਮ ਰਿਸਕੀ ਯਾਰ ਮੈਨੂੰ ਪਹਿਲਾਂ ਹੀ ਲੱਗਣ ਦਿਆ ਸੀ ਜਿਹੜੇ ਬੰਦੇ ਥੋੜ੍ਹੇ ਸਾਡੇ ਢਿੱਲੇ ਆ ਬਾਈ ਰਹਿਣ ਦਿਓ ਪੈਕ ਕਰੋ ਇਸਕੋ ਨਹੀਂ ਕਿਉਂ ਅਭੀ ਵੀ ਕਿਉਂ ਦੋ ਵਾਰੀ ਯਾਰ ਪਤਾ ਕੀ ਨਵਜੋਤ ਵਾਰੀ ਵੀ ਏਦਾਂ ਹੋਇਆ ਦੇਖਿਆ ਨਵਜੋਤ ਉਹ ਪੇੜ ਲੱਗ ਕੇ ਕਿੱਥੋਂ ਹੋਇਆ ਮੈਂ ਤਾਂ ਨਹੀਂ ਕਰਨਾ ਸ਼ਮੀ ਤੀਕਰ ਨਹੀਂ ਕਰ ਲਓ ਆ ਫੜੋ ਚਲੋ ਚੱਲੇ ਨਹੀਂ ਕਰਨਾ ਯਾਰ ਬਈ ਰਿਸਕੀ ਹਵਾ ਤਾਂ ਹੈ ਹੀ ਨਹੀਂ ਯਾਰ ਕੈਸੇ ਕਰੇਂਗੇ ਬਤਾਓ ਆਹ ਫਲਾਈ ਕਰ ਲਓ ਨੀਚੇ ਮਿਲਤੇ ਹੈ ਇਹਦਾ ਯਾਰ ਗਲਤ ਸੀਨ ਹੋ ਗਿਆ